ਪਰਮਸਤ ਗੁਰਮੁਖ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹੋਣੀ ਨੂੰ ਕਰਕੇ ਹਾਜ਼ਰੀਆਂ ਲਵਾ ਰਹੇ ਹੋ ਆਓ ਸਭ ਤੋਂ ਪਹਿਲਾਂ ਲਵਾਓ ਜਿੱਥੇ ਦੀ ਹਾਜ਼ਰੀ ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਇੱਕ ਵਾਰੀ ਕਹਿਣ 'ਤੇ ਗੱਡ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਜਨਮ ਮਰਨ ਦੋਹੋਂ ਮੈਂ ਨਾਮੀ ਜਨ ਪਰ ਉਪਕਾਰੀ ਹੈ ਗੁਰਮੁਖੋ ਸਭ ਤੋਂ ਪਹਿਲਾਂ ਤੋਂ ਅੱਜ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਨਿੱਘੀ ਯਾਦ ਨੂੰ ਮਨਾਉਂਦਿਆਂ ਹੋਇਆ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਨਾਲ ਹੀ ਅੱਜ ਆਪਾਂ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਉਹਨਾਂ ਦੇ ਜਨਮ ਦਿਹਾੜਾ ਨੂੰ ਮਨਾਉਂਦਿਆਂ ਹੋਏ ਹਾਂ ਜੋ ਲੜੀ ਤੁਹਾਡੀ ਸੀਆਂ ਦੇ ਵਿੱਚ ਸਾਡੇ ਸਤਿਕਾਰਯੋਗ ਹੈ ਕਥਾਵਾਚ ਭਾਈ ਤਲਵੀਰ ਸਿੰਘ ਜੀ ਉਹਨਾਂ ਨੇ ਪ੍ਰਸੰਗ ਰੱਖਿਆ ਅਤੇ ਆਸ ਹੋਈ ਆ ਗੁਰਮੁਖੋ ਤੁਹਾਡੀ ਸਿਆਣ ਦੇ ਵਿੱਚ ਪੇਸ਼ ਕਰਨ ਦੇ ਵਿੱਚ ਸਰਕ ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਜੋ ਕਿ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਵਿਰਾਜਮਾਨ ਹੈ ਅਤਾ ਇਤਿਹਾਸ ਸਾਂਝਾ ਕੀਤਾ ਗੁਰਮੁਖੋ ਕਿ ਬਾਬਾ ਦੀਪ ਸਿੰਘ ਜੀ ਨੂੰ ਬੁਲਾਇਆ ਗਿਆ ਹੈ ਜੋ ਉਹਨਾਂ ਦੀ ਸੇਵਾ ਬਣਦੀ ਹੈ ਸੇਵਾ ਨਿਭਾਉਣ ਦੇ ਲਈ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਦੇ ਵਿੱਚ ਪੋਵਿੰਡ ਨਗਰ ਪਿਤਾ ਭਗਤਾ ਜੀ ਅਤੇ ਮਾਤਾ ਬੀਬੀ ਜਮਣੀ ਦੀ ਕੁੱਖੋਂ ਹੋਏ ਬਚਪਨ ਤੋਂ ਲੈ ਕਰਕੇ ਜਿਵੇਂ ਮਾਤਾ ਪਿਤਾ ਗੁਰੂ ਘਰ ਦੇ ਨਾਲ ਸ਼ਰਧਾ ਰੱਖਣ ਵਾਲਾ ਪਰਿਵਾਰ ਅਤੇ ਬਾਬਾ ਦੀਪ ਸਿੰਘ ਵੀ ਧੰਨ ਗੁਰੂ ਦਸ਼ਮੇਸ਼ ਪਿਤਾ ਪਾਤਸ਼ਾਹ ਵਾਲੇ ਪਾਤਸ਼ਾਹ ਜੀ ਦਾ ਅੰਮ੍ਰਿਤ ਪਾਨ ਕਰਕੇ ਤੇ ਸਿੱਖ ਸਜਿਆ ਦੂਸਰੇ ਪਾਸੇ ਸਮਾਂ ਗੁਜ਼ਰਿਆ ਮੈਂ ਸਮਾਂ ਸੀਮਤ ਤਾਂ ਗਿਣਤੀ ਦੇ ਮਿੰਟਾਂ ਉਹਨਾਂ ਦੇ ਵਿੱਚ ਤੁਹਾਡੀ ਸੇਵਾ 'ਚ ਆਪਾਂ ਇਤਿਹਾਸ ਸਾਂਝਾ ਕਰਨਾ ਹੈ ਗੁਰਮੁਖੋ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਸਾਰੀ ਵਾਂਗ ਡੋਰ ਦਮਦਮਾ ਸਾਹਿਬ ਦੀ ਬਾਬਾ ਦੀਪ ਸਿੰਘ ਜੀ ਨੂੰ ਸਮਾਉਣ ਤੋਂ ਬਾਅਦ ਆਪ ਦੱਖਣ ਵੱਲ ਨੂੰ ਚਾਲੇ ਪਾ ਦਿੱਤੇ ਹੈ ਬਾਬਾ ਦੀਪ ਸਿੰਘ 1705 ਦੇ ਵਿੱਚ ਦਮਦਮਾ ਸਾਹਿਬ ਦੀ ਧਰਤੀ 'ਤੇ ਆਏ ਹੈ ਅਤੇ 1757 ਦੇ ਵਿੱਚ ਇਹ ਜੰਗ ਹੋਈ ਹੈ ਗੁਰਮੁਖੋ ਇੰਨੀ ਸੇਵਾ ਇੰਨੀ ਘਾਲਣਾ ਬਾਬਾ ਦੀਪ ਸਿੰਘ ਜੀ ਨੇ ਘਾਲੀ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੇ ਅਸਥਾਨ 'ਤੇ ਵਿਰਾਜਮਾਨ ਹੈ ਦੂਸਰੇ ਪਾਸੇ ਅਹਿਮਦ ਸ਼ਾਹ ਅਬਦਾਲੀ ਨੇ ਸਾਡੇ ਹਿੰਦੁਸਤਾਨ ਦੇ ਉੱਤੇ ਹਮਲੇ 'ਤੇ ਹਮਲਾ ਕੀਤਾ ਜਦੋਂ ਇਹ ਹਮਲਾ ਹੋਇਆ ਹੈ ਤਾਂ ਗੁਰਮੁਖੋ ਕਹਿੰਦੇ ਦਿੱਲੀ ਤੋਂ ਲੁੱਟਣ ਲੱਗਿਆ ਹੈ ਅਹਿਮਦ ਸ਼ਾਹ ਅਬਦਾਲੀ ਬਹੁ ਬੇਟੀਆਂ ਨੂੰ ਬੰਦੀ ਬਣਾਇਆ ਜਦੋਂ ਪੰਜਾਬ ਦੇ ਵਿੱਚ ਦੀ ਲੰਘਣ ਲੱਗਿਆ ਨਾ ਅਤੇ ਸਿੰਘਾਂ ਨੇ ਪਤਾ ਲੱਗਾ ਵੀ ਅਹਿਮਦ ਸ਼ਾਹ ਅਬਦਾਲੀ ਦਿੱਲੀ ਤੋਂ ਖਜ਼ਾਨਾ ਲੁੱਟ ਕੇ ਸਾਡੀਆਂ ਬਹੁ ਬੇਟੀਆਂ ਭੈਣਾਂ ਨੂੰ ਲਿਜਾ ਰਿਹਾ ਤਾਂ ਗੁਰਮੁਖੋ ਸਿੰਘਾਂ ਨੇ ਹੱਲਾ ਬੋਲਿਆ ਅਤੇ ਅਹਿਮਦ ਸ਼ਾਹ ਅਬਦਾਲੀ ਨੂੰ ਲਾਹੌਰ ਜਾਂਦਿਆਂ ਜਾਂਦਿਆਂ ਕੱਖਾਂ ਹੌਲਾ ਕਰ ਦਿੱਤਾ ਜੋ ਸਮਾਨ ਲੁੱਟਿਆ ਸੀ ਸਾਰਾ ਖੋਹ ਲਿਆ ਜੋ ਸਾਡੀਆਂ ਬਹੁ ਬੇਟੀਆਂ ਲਿਜਾ ਰਹੇ ਸੀ ਸਭ ਉਹ ਛਡਾਲੀਆਂ ਨੇ ਅਤੇ ਬਾਬਾ ਦੀਪ ਸਿੰਘ ਅਤੇ ਸਮੁੱਚੇ ਸਿੱਖ ਸਿੰਘਾਂ ਨੇ ਆਪੋ ਆਪਣੇ ਘਰਾਂ 'ਤੇ ਪਹੁੰਚਾਉਣਾ ਕੀਤਾ ਉਹਨਾਂ ਸਤਿਕਾਰ ਦਿਓ ਭੈਣਾਂ ਨੂੰ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਪਹੁੰਚਿਆ ਲਾਹੌਰ ਜਾ ਕੇ ਉਹਨੇ ਪੁੱਛਣਾ ਕੀਤਾ ਵੀ ਇਹ ਕੌਣ ਲੋਕ ਆ ਅੱਜ ਤੱਕ ਮੇਰਾ ਕਿਸੇ ਨੇ ਰਸਤਾ ਨਹੀਂ ਰੋਕਿਆ ਇਹ ਕੌਣ ਲੋਕ ਆ ਜਿਨ੍ਹਾਂ ਨੇ ਕਿ ਮੈਨੂੰ ਕੱਖੋਂ ਹਵਾ ਕਰ ਦਿੱਤਾ ਮੇਰਾ ਸਾਰਾ ਜੋ ਮੈਂ ਲੁੱਟ ਕੇ ਲੈ ਕੇ ਆਇਆ ਸੀ ਸਾਰਾ ਸਮਾਨ ਲੁੱਟ ਲਿਆ ਗਾ ਅਤੇ ਗੁਰਮੁਖੋ
ਸੂਬੇਦਾਰ ਨੇ ਦੱਸਣਾ ਕੀਤਾ ਕਿ ਧੰਨ ਗੁਰੂ ਦਸ਼ਮੇਸ਼ ਪਿਤਾ ਬਾਜਾਂ ਵਾਲੇ ਪਾਤਸ਼ਾਹ ਦੇ ਸਿੰਘ ਆ ਅਤੇ ਉਹ ਅਹਿਮ ਕਿਸ਼ਨਾ ਅਬਦਾਲੀ ਕਹਿਣ ਲੱਗਾ ਵੀ ਉਹਨਾਂ ਨੂੰ ਇਹ ਜੋਸ਼ ਇਹ ਹਿੰਮਤ ਕਿੱਥੋਂ ਆਉਂਦੀ ਹੈ ਇੰਨੀ। ਕਹਿੰਦੇ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਪਵਿੱਤਰ ਤਾਲ ਆ ਉੱਥੇ ਇਸ਼ਨਾਨ ਕਰਦੇ ਆ, ਸ਼੍ਰੀ ਅਕਾਲ ਤਖ਼ਤ ਬਣਿਆ ਹੋਇਆ ਉੱਥੇ ਹੁਕਮਨਾਮੇ ਜਾਰੀ ਹੁੰਦੇ ਆ। ਗੁਰਮੁਖੋ ਜਦੋਂ ਇਹ ਗੱਲਾਂ ਹੋਈਆਂ ਵੀ ਇੰਨੀ ਤਾਕਤ ਉੱਥੋਂ ਮਿਲ ਰਹੀ ਹੈ ਤਾਂ ਅਹਿਮ ਦਿਸ਼ਾ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਸੂਬੇਦਾਰ ਸਥਾਪਿਤ ਕਰਕੇ ਅਤੇ ਨਾਲ ਇਹ ਵੀ ਕਹਿ ਦਿੱਤਾ ਕਿ ਵੀ ਇਹਨਾਂ ਸਿੰਘਾਂ ਦਾ ਖਾਤਮਾ ਤੂੰ ਕਰਨਾ। ਤਾਂ ਮੈਂ ਤੈਮੂਰ ਸ਼ਾਹ ਜਿਹੜਾ ਕਿ ਆਪ ਬੜਾ ਜਾਲਮ ਹੋਇਆ, ਕਹਿੰਦੇ ਇੱਕ ਹੀ ਇਸ਼ਾਰੇ ਦੇ ਨਾਲ ਉਸਨੇ ਲੱਖ ਹਿੰਦੂਆਂ ਨੂੰ ਕਤਲ ਕਰਵਾ ਦਿੱਤਾ ਸੀ ਅਤੇ ਤੈਮੂਰ ਸ਼ਾਹ ਨੇ ਬਖਸ਼ੀ ਜਹਾਨ ਖਾਨ ਨੂੰ 10,000 ਫੌਜ ਲੈ ਕੇ ਭੇਜਿਆ ਗਿਆ। ਗੁਰਮੁਖ ਕਹਿੰਦੇ ਹੋਰ ਫੌਜ ਬਾਅਦ ਦੇ ਵਿੱਚ ਜਹਾਨ ਖਾਂ ਅਤੇ ਜ਼ਬਰਦਸਤ ਖਾਂ ਨੇ ਆ ਕੇ ਪਿੱਛੋਂ ਜਦੋਂ ਅੰਮ੍ਰਿਤਸਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਹੈ, ਸਾਡਾ ਪਵਿੱਤਰ ਤਾਲ ਪੂਰ ਦਿੱਤਾ ਗਿਆ ਹੈ, ਬੇਅਦਬੀ ਹੋਈ ਹੈ ਹਰਿਮੰਦਰ ਸਾਹਿਬ ਦੇ ਵਿੱਚ, ਪਰ ਕਿਸੇ ਦੇ ਵਿੱਚ ਹਿੰਮਤ ਨਹੀਂ ਪਈ ਵੀ ਉਹਨਾਂ ਦੇ ਨਾਲ ਕੋਈ ਟੱਕਰ ਲੈ ਸਕੇ। ਅਤੇ ਉਸ ਟਾਈਮ 'ਤੇ ਕਹਿੰਦੇ ਸੁਰ ਸਿੰਘ ਨਗਰ ਦਾ ਰਹਿਣ ਵਾਲਾ ਭਾਗ ਸਿੰਘ ਉਹਦੇ ਮਨ ਦੇ ਵਿੱਚ ਆ ਵੀ ਮੈਂ ਇਹ ਹਰਿਮੰਦਰ ਸਾਹਿਬ ਖਿਡਾ ਮੈਨੂੰ ਤਾਂ ਬਦਲਾ ਲਵਾਂ ਤਾਂ ਕਿਹੜੇ ਹਿਸਾਬ ਨਾਲ ਲਵਾਂ, ਮੈਂ ਇਕੱਲਾ ਕੁਛ ਕਰ ਨਹੀਂ ਸਕਦਾ। ਤਾਂ ਗੁਰਮੁਖ ਕਿ ਸਿੰਘਾਂ ਦੇ ਨਾਲ ਰਾਇ ਕੀਤੀ ਹੈ ਕਿ ਬਾਬਾ ਦੀਪ ਸਿੰਘ ਦੇ ਕੋਲ ਜਾ ਕੇ ਆਪਾਂ ਇਹ ਗੱਲ ਕਹੀਏ, ਜੋ ਕਿ ਇਸ ਟਾਈਮ ਦਮਦਮਾ ਸਾਹਿਬ ਦੇ ਮੁਖੀ ਹੈ। ਗੁਰਮੁਖ ਕਹਿੰਦੇ ਸਾਰੀਆਂ ਤਿਆਰੀਆਂ ਕਰਕੇ ਅਤੇ ਬਾਬਾ ਭਾਗ ਸਿੰਘ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚਿਆ। ਬਾਬਾ ਦੀਪ ਸਿੰਘ ਜੀ ਉਦੋਂ ਆਦਿ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਜੋ ਸੇਵਾ ਨਿਭਾ ਰਹੇ ਸਨ ਲਿਖਤੀ ਦੀ, ਗੁਰਮੁਖੋ ਕਹਿੰਦੇ ਬਾਬਾ ਦੀਪ ਸਿੰਘ ਨੂੰ ਆ ਕੇ ਜਿਵੇਂ ਭਾਗ ਸਿੰਘ ਨੇ ਉਹ ਸਾਰਾ ਸੀਨ ਦੱਸਣਾ ਕਵਿਤਾ ਵਿੱਚ ਪੇਸ਼ ਸਰਵਣਾ ਕਰੋਗੇ, ਆ ਉਹ ਸਾਰਾ ਸੀਨ ਮਹਾਂਕਵੀ ਬਾਬੂ ਰਾਜਨ ਅਲੀ ਖਾਨ ਜੀ ਸਾਹੋ ਕਿਆਂ ਨੇ ਜਿਵੇਂ ਕਲਮ ਕੀਤਾ ਹੈ, ਆਓ ਉਹਨਾਂ ਲੈਣਾ ਨੂੰ ਤੁਹਾਡਾ ਆਪਣਾ ਦਾਸ ਦਾ ਸਾਹੋ ਕਿਆਂ ਵਾਲਾ ਇਹ ਮੈਂ ਗੱਲ ਕਰ ਸਕਾਂ ਪ੍ਰੇਮਾ।